सियासी नहीं है, फलाना बड़ा सियासतदान है, फलाना बड़ा जेड़ा है, ये अपने मुल्क सियासतदान कूड़ मारन वाले समझा जाता है। जेड़ी दुनिया च मैं गईयां अमरीका लंदन यूरोप उत्थे ईमानदारी दे आला तरीन लेवल दे जेड़े फाइल लोग होंदे उन्हां नूं सियासतदान आंदे ने। उत्थे ओ सच्चे और ईमानदार तरीन लोग होंदे ने, अपराध नहीं करन वाले होंदे, आदि कौम दा पैसा लुटन वाले नहीं होंदे, आदि कौम दा हक खावन वाले नहीं होंदे, ਉਹ ਸੱਚੇ ਔਰ ਇਮਾਨਦਾਰ ਲੋਕ ਹੁੰਦੇ ਨੇ ਤੇ ਲੋਕ ਉਹਨਾਂ ਨੂੰ ਬੜਾ ਦਾ ਨੁਮਾਇੰਦਾ ਚੁੱਕਦੇ ਨੇ ਤੇ ਮੁੜ ਉਹ ਜਾ ਕੇ ਉਹਨਾਂ ਦੀ ਬਿਹਤਰੀ ਵਾਸਤੇ ਕੰਮ ਕਰਦੇ ਨੇ। ਇਹ ਆਪਣੇ ਇੱਥੇ ਮਤਲਬ ਸਮਝਿਆ ਜਾਂਦਾ ਵੀ ਇਹ ਕੋਈ ਸਿਆਸਤ ਜਾਂ ਕੋਈ ਫਰਾਡ ਹੈ, ਕੋਈ ਦਾਦ ਅੱਪਾ ਹੈ, ਜਿਹੜਾ ਕੋਈ ਇੱਥੇ ਗਣੇ ਮਾਰਨ ਆਏ ਕੋਈ ਤੇ ਬਦਕਿਸਮਤੀ ਨਾਲ ਜਿਹਨਾਂ ਨੂੰ ਆਪਾਂ ਚੁੱਕਨੇ ਹੈ ਉਹ ਮਾਰਦੇ ਹੀ ਗਣਾ ਇਹ ਦਾਦ ਅੱਪਾ ਹੀ ਫਰਾਡ ਹੀ ਹੈ, ਉਹ ਮੁੜ ਆਪਣਾ 5 ਸਾਲ ਨਾਰੇ ਮਾਰਦੇ ਉਹਨਾਂ ਦੇ ਮਗਰ ਲੱਗ ਜਾਂਦੇ, ਅੱਗੋਂ ਟਾਈਮ ਲੱਗ ਜਾਂਦਾ ਤੇ ਮੋੜ ਇੱਥੇ ਜਿਵੇਂ ਸੜਕਾਂ ਟੁੱਟੀਆਂ ਹੋਈਆਂ, ਸਕੂਲ ਬੱਚੇ ਹੋਏ, ਗਣੇ ਉਸਤਾਦ ਕੋਈ ਨੀ, ਹਸਪਤਾਲਾਂ 'ਚ ਡਾਕਟਰ ਕੋਈ ਨੀ, ਗਰੀਬਾਂ ਕੋਲ ਪੈਸੇ ਕੋਈ ਨੀ ਵੀ ਲਾਹੌਰ ਲੈ ਕੇ ਜਾਵੇ ਉੱਥੇ ਇਲਾਜ ਹੋਵੇ, ਇੱਥੇ ਆ ਕੇ ਆਪਣੀ ਕੋਈ ਸਾਰ ਨਹੀਂ ਲੈਂਦਾ। ਤੇ ਤੁਹਾਨੂੰ ਇਸ ਵਜ੍ਹਾ ਦਾ ਪਤਾ ਨਹੀਂ ਹੈ, ਜਿਹੜੀਆਂ ਮੈਂ ਚੀਜ਼ਾਂ ਹੁਣ ਤੁਹਾਡੀ ਖਿਦਮਤ ਚਾਰਜ ਕਰਨਾ ਚਾਹੁੰਦਾ ਬਈ, ਇਹ ਤੁਹਾਡੀ ਸਾਰ ਕੋਈ ਕਿਉਂ ਨਹੀਂ ਲੈਂਦਾ ਜਾਂ ਕਿਸ ਵਜ੍ਹਾ ਤੋਂ ਆ ਵੋਟ ਦੇ 5 ਸਾਲ ਪਹਿਲੇ ਦਿੱਤੇ, ਉਸ ਤੋਂ 5 ਸਾਲ ਪਹਿਲੇ ਦਿੱਤੇ, ਉਸ ਤੋਂ 5 ਸਾਲ ਪਹਿਲੇ ਦਿੱਤੇ ਤੇ 5 ਸਾਲ ਪਿਛਾ ਵੇਖ ਲਓ। ਹੁਣ ਜਿਹੜੇ ਅੱਜ ਕੱਲ੍ਹ 18 ਸਾਲ ਦੇ ਬੱਚੇ ਉਹਨਾਂ ਨੂੰ ਖਬਰ, ਉਹਨਾਂ ਨੂੰ ਵੀ ਥੋੜਾ ਘੜਾ ਯਾਦ ਹੋ ਸੀ 13-14 ਸਾਲ ਦੀ ਉਮਰ ਥੋੜਾ ਥੋੜਾ ਚੇਤਾ ਰਹਿੰਦਾ ਹੈ, ਪਰ ਜਿਹੜੇ ਉਸ ਤੋਂ ਵਡੇਰੇ 20-22 ਸਾਲ ਵਾਲੇ ਉਹਨਾਂ ਨੂੰ ਚੇਤਾ ਰਹਿ ਉਹ ਸੀ ਵੀ ਜਦਾਂ 5 ਸਾਲ ਪਹਿਲੇ ਇਲੈਕਸ਼ਨ ਹੋਇਆ ਹਾ ਤੇ ਸਾਡੇ ਰੰਗੇ ਕਈ ਖਿਦਮਤਗਾਰ ਤੁਹਾਡੀ ਖਿਦਮਤ ਹਾਜ਼ਰ ਹੋਇਆ ਤੇ ਉਦਾਂ ਦੇ ਹਾਲਾਤ ਕਿਵੇਂ ਆਏ ਤੇ ਅੱਜ ਦੇ ਕਿਵੇਂ, ਅੱਗੇ ਨਾਲ ਸੋਹਣੇ ਹੋ ਗਏ ਨੇ ਮਾਸ਼ਾ ਅੱਲਾਹ, ਹੁਣ ਆਟਾ ਹੀ ਨਹੀਂ ਪਿਆ ਲੱਗਦਾ, ਬਿਹਤਰੀਨ ਹੋ ਗਏ ਨੇ ਕੰਮ। ਬਈ ਦੁਨੀਆ ਤਰੱਕੀ ਕਰਨ ਦੀ ਹੈ, ਦੁਨੀਆ ਦੀ ਚੰਦ ਤੇ ਚੱਲੀਏ, ਨਵੀਂ ਨਵੀਂ ਦੁਨੀਆ ਲੱਭੀਏ, ਅਸਮਾਨਾਂ ਤੇ ਨਵੇਂ ਨਵੇਂ ਸਿਤਾਰੇ ਲੱਭੀਏ ਤੇ ਆਪਾਂ ਨੇ ਆਟਾ ਲੱਭੀਏ, ਕਿਆ ਹੀ ਨੌਬਤ ਆ ਗਈ ਹੈ, ਕਿਆ ਹੀ ਬਦਕਿਸਮਤੀ ਹੈ। ਅਸਲ ਸਿੰਧ ਦੇ ਵਿੱਚ ਉੱਥੇ ਜਿਹੜਾ ਹੈ ਉਹਨਾਂ ਦੇ ਪਾਣੀ ਜਿਹੜਾ ਹੈ ਨਾ ਬੰਦੇ ਉਹ ਮਹੀਂ ਗਾਈ ਦੇ ਨਾਲ ਪੀਂਦੇ, ਆਪਾਂ ਉਹ ਪੁਰਾਣਿਆਂ ਨੂੰ ਵਾਰ ਵਾਰੀ ਆਖਾਂ ਨਹੀਂ ਭਾਈ ਫਲਾਣੀ ਪਾਰਟੀ ਜ਼ਿੰਦਾਬਾਦ, ਐਵੇਂ ਕਿਸੇ ਪਾਰਟੀ ਦਾ ਝੰਡਾ ਲਾ ਕੇ ਬੈਠੇ, ਨਾ ਕੋਈ ਲੈਣਾ ਨਾ ਦੇਣਾ, ਨਾ ਕੋਈ ਉਹਨਾਂ ਕੁਛ ਕੀਤਾ, ਨਾ ਕੋਈ ਉਹਨਾਂ ਤਰੱਕੀ ਦਾ ਕੰਮ ਕੀਤਾ, ਐਵੇਂ ਕਿਸੇ ਦੇ ਨਾਲ ਸ਼ਾਬਾ ਆ ਫਲਾਣੀ ਨਹੀਂ ਭਾਈ ਆ ਨੂਨ ਲੀਗ ਤੇ ਫਲਾਣਾ ਭਾਈ ਫਿਰ ਉਹ ਭਾਈ ਲਵਣ ਦੇ ਵੇਖੋ ਇਲਾਕੇ ਦੇ ਆਗੇ ਮਾਮਲਾਤ ਹੀ ਵੇਖੋ ਕਿਉਂ ਨਹੀਂ ਸੰਵਰਦੇ ਮਾਮਲਾਤ। ਅਗਲੇ ਦਿਨ ਸਾਡੇ ਇਲਾਕੇ ਦੇ ਵਿੱਚ ਇੱਕ ਸਾਹਿਬ ਜਿਹੜਾ ਹੈ ਇੱਥੇ ਆਪਣੇ ਹੀ ਸੱਜੇ ਖੱਬੇ, ਨਾਂ ਲੈਣਾ ਮੁਨਾਸਿਬ ਨਹੀਂ, ਮੈਂ ਉਹਨਾਂ ਦਾ ਬਹੁਤ ਇਹਤਰਾਮ ਕਰਨਾ ਔਰ ਇਸ ਗੱਲ ਦਾ ਮਤਲਬ ਉਹਨਾਂ ਦੀ ਕੋਈ ਜ਼ਾਤ ਦੇ ਵਿੱਚ ਕਮੀ ਕਰਨਾ ਨਹੀਂ, ਇਸ ਗੱਲ ਦਾ ਮਤਲਬ ਹਕਾਇਕ ਤੋਂ ਆਗਾਹ ਕਰਨਾ ਹੈ, ਲੋਕਾਂ ਨੂੰ ਮਾਮਲਾਤ ਤੋਂ ਆਗਾਹ ਕਰਨਾ ਹੈ। ਉਹ ਮੇਰੇ ਬਹੁਤ ਮੁਹਤਰਮ ਆਏ, ਮੇਰੇ ਨਾਲ ਵੀ ਉਹ MNA ਰਹੇ ਜਿਸ ਮੈਂ ਅਸੈਂਬਲੀ ਇਸਲਾਮਾਬਾਦ 2008-10 ਪਿਛਲੇ ਦਿਨਾਂ 'ਚ ਉਹਨਾਂ ਦਾ ਇੰਤਕਾਲ ਹੋ ਗਿਆ। ਇਹ ਗੱਲ ਗੌਰ ਨਾਲ ਸੁਣਿਆ, ਸਮਝਦੇ ਪਏ, ਸਮਝ ਲਵੇ, ਉਹਨਾਂ ਦਾ ਇੰਤਕਾਲ ਹੋ ਗਿਆ, ਮੈਂ ਉਹਨਾਂ ਦੇ ਕੋਲਖਾਨੀ ਤੇ ਹਾਜ਼ਰ ਹੋਇਆ ਜਨਾਬ, ਬਲਕਿ ਪਹਿਲੇ ਪੁੱਛਣ ਵਾਸਤੇ ਹਸਪਤਾਲ ਗਿਆ, ਮੁੜ ਕੋਲਖਾਨੀ ਤੇ ਹਾਜ਼ਰ ਹੋਇਆ, ਜਨਾਬ ਇਸ ਤਰ੍ਹਾਂ ਦਾ ਟਾਈਮ ਆ ਕੇ ਮੈਂ ਦੂਰ ਆਸੂ ਨਹੀਂ ਪਹੁੰਚ ਸਕਦਾ, ਮੁੜ ਚੇਲਮ ਤੇ ਗਿਆ। ਉਸ ਦੇ ਕੋਈ ਫੌਤ ਹੋਣ ਤੋਂ ਆਉਂਦੇ ਕੋਈ 10-15 ਦਿਨ ਬਾਅਦ ਮੈਨੂੰ ਉਸ ਇਲਾਕੇ ਦੇ ਕੁਛ ਲੋਕ ਮਿਲੇ, ਉਹਨਾਂ ਮੈਨੂੰ ਆਖਿਆ ਜੀ ਸੁਣਿਆ ਹੈ ਜਿਹੜਾ ਇਹ ਉਸ ਪਾਰਟੀ ਦੇ ਵੀ ਲੀਡਰ ਹੈ ਵੀ ਜਿਹੜੇ ਹੈਡ ਹੈ ਉਹ ਸੁਣਿਆ ਫੈਟੇ ਆਸ ਕੇ ਆਉਂਦੇ ਪਏ, ਵੀ ਫੈਟਾ ਆਖਿਆ ਆਉਂਦੇ ਪੈਣ, ਸ਼ਹਿਰਾਂ ਦੀ ਬੜੀਆਂ ਸਫਾਈਆਂ ਹੁੰਦੀਆਂ ਪਈਆਂ ਤੇ ਬੜਾ ਤੁਰਕਾ ਕਰਦੇ ਪੈਣ ਇਹ। ਮੈਂ ਉਹਨਾਂ ਨੂੰ ਆਖਿਆ ਮੈਂ ਕਿਹਾ ਕੌਣ ਆਉਂਦੇ ਪੈਣ, ਉਹਨਾਂ ਮੈਨੂੰ ਆਖਿਆ ਜੀ ਉਹ ਜਿਹੜੇ ਪਾਰਟੀ ਦੇ ਹੈਡ ਨੇ ਫਲਾਂ ਫਲਾਂ। ਮੈਂ ਆਖਿਆ ਯਾਰ ਉਹਨਾਂ ਨਹੀਂ ਆਉਣਾ, ਉਹ ਬੜੇ ਹੈਰਾਨ ਹੋਏ ਵੀ ਖਬਰੇ ਇਹ ਆਦਾ ਵੀ ਉਹਨਾਂ ਮੁਖਾਲਿਫ ਰਹਿ ਰਹੇ, ਮੈਂ ਤਾਂ ਹੁਣ ਹਰ ਥਾਂ ਇਲੈਕਸ਼ਨ ਲੜਨਾ ਵੀ ਇਲੈਕਸ਼ਨ ਲੜਦਾ ਹੈ ਤੇ ਖਬਰੇ ਆਦਾ ਸਾੜ ਫੂਕਦਾ ਵੀ ਹੈ ਵੀ ਆਦਾ ਵੀ ਨਹੀਂ ਉਹਨਾਂ ਕੋਈ ਨਹੀਂ ਆਉਣਾ ਤੇ ਕੇ ਭਰੂ ਆਉਂਦਾ। ਮੈਂ ਕਿਹਾ ਤੁਹਾਨੂੰ ਹੁਣ ਮੇਰੀ ਜਾਨ ਇਹ ਲੱਗਿਆ ਹੋ ਸੀ ਬਈ ਉਹ ਮੈਂ ਇਸ ਭਰੂ ਆਉਂਦਾ ਪਈ ਹਾਂ ਯਾਰ, ਥੋੜ੍ਹਾ ਜਿਹਾ ਸਾਊਂਡ ਵਾਲਾ ਮਸਲਾ ਬਾਰ ਬਾਰ ਚੀਕਣੀ ਵਿੱਚ ਆ ਜਾਂਦੀ ਤੇ ਤੁਹਾਨੂੰ ਮੈਂ ਕਿਹਾ ਖਬਰੇ ਕਿਉਂ ਲੱਗਿਆ ਹੋ ਸੀ ਮੈਂ ਕਿਉਂ ਆਉਂਦਾ ਪਈ ਹਾਂ। ਉਹਨਾਂ ਕਿਹਾ ਜੀ ਨਹੀਂ ਪਤਾ ਆਉਣਾ ਚਾਹੀਦਾ, ਵੇਖੋ 2 ਵਾਰੀ MNA ਰਹਿਣ ਉਹਨਾਂਦੇ, 1 ਵਾਰੀ MPA ਰਹਿਣ, ਕਿਉਂ ਨਹੀਂ ਆਉਣਾ। ਔਰ ਮੈਂ ਕਿਹਾ ਉਹਨਾਂ ਨੂੰ ਪਤਾ ਹੀ ਨਹੀਂ ਵੀ ਜਿਹੜਾ ਇਹ ਫੌਤ ਹੋਇਆ ਇਹ ਕੌਣ, ਜਿਹੜਾ ਚਲਾ ਗਿਆ ਨਾ ਜਿਵੇਂ ਤੁਸੀਂ ਆਪਦਾ MNA ਸਮਝਦੇ ਰਹੇ ਨੇ ਤੇ ਜਿਹਨੂੰ ਸਮਝਦੇ ਰਹੇ ਨੇ ਵੀ ਉਹ ਤੁਹਾਡੇ ਮਸਲੇ ਹੱਲ ਕਰ ਸੀ, ਉਹਨੂੰ ਉਹ ਜਾਣਦੇ ਹੀ ਨਹੀਂ। ਉਹਨਾਂ ਆਖਿਆ ਵੀ ਆਏ ਤੁਸੀਂ ਅਗਲੀ ਨਾਲ ਵੱਡੀ ਗੱਲ ਤੇ ਕੀਤੀ ਵੀ ਉਹ ਇਹਨੂੰ ਜਾਣਦੇ ਨਹੀਂ, 10 ਸਾਲ MNA ਰਹੀ ਹੈ, 5 ਸਾਲ MP। ਮੈਂ ਕਿਹਾ ਅਸੀਂ ਕਰਨੇ ਹੈ ਤੁਸੀਂ ਇਸ ਇਲਾਕੇ ਦੇ ਅਜਿਹੇ MP MNA ਬੰਦੇ, ਇਹਨਾਂ ਨੂੰ ਬਾਅਦ ਫੱਜਲ ਚੱਲਣਾ ਤੇ ਇਹਨਾਂ ਨੂੰ ਜਿਹੜੇ ਪਾਰਟੀ ਦੇ ਜਿਹੜੀ ਪਾਰਟੀ ਦਾ ਲੀਡਰ ਇਹਨਾਂ ਦਾ ਲੀਡਰ ਹੈ
उनके सामने लिजा के नाल चार गवाह ले चलो भी चार गवाह मजीद दो गवाह वैसे तो काफी होंगे चार भी खाने को मोरी शायद मनो अगर चार गवाह ले चलो तो उनके सामने मजा तो पूछना भैया कौन है जे वह ज्यादा सियाण तो मैं भी उसे पार्टी का नारा मार सा जे उन पता ही ना हो भी ये कौन जो मेरी पार्टी चो नैचर लड़ता बंदा है तो इस तुडे इलाके काम मिट्टी के सुह करने इलाका कि सबर है बाकी हम जी पार्टियां आप वोट देने जे नारे मारते कोई अं लग गया कोई अं लग गया कोई किसी ने अच्छा एक एक पार्टी ने मजे चार चार जने जरा जलूस कट्ठी बजन कोई अं लग गया आंदा उन्होंने टक्कर से वह आंदा उन्होंने टक्कर से मजेदारी की गल है पार्टियां ने नारे मारते बंदे उन्हें पांच कैंडीडेट हैं कि उन्हें सात कैंडीडेट हैं कि उन्हें नौ कैंडीडेट हैं डीवनी एक नू है अच्छा वह जो नारे मारता बंदा उस पार्टी का भाई वह किधर जा सके किसी आख्या भाई वह मुड़ किधर जा सकता मैं वह तो पता नहीं किधर जा सकते उन्होंने मगरू नारे मारते बंदे नारे वाले ने मगरू नारे मारते बंदे वह किधर जा सकते उन्हें दस लो कोई सिर पैर कोई नहीं कोई राह ही कोई नहीं ऐ सूरत हाल है अपने इन्ह उम्मीदवार की तो अपने इन्ह लोगों की जेडे इतों तो वोट लैके जाते ना कोई सू ना कोई रू ना कोई अता ना कोई पता जिन्हें पार्टियों को आप वोट देने एक होर मैं बड़ी मजेदार गल भाई उन्होंने चलते पूछने उन्हें लीडर जे उन्होंने पता हो जगलेरा कितने तो मैं भी वोट उसे दे जे उन्होंने पता हो सब का किड़े पास तो मैं भी उसे वोट दे सा जे वह सियाण जाए भाई हाथी शेर हो फलाना जिला तो फलाना इलाका तीन सड़े तो उत्ते तो मैं भी उसे वोट दे सा और मेरी जान जब नानू अपना पता ही कोई नहीं मिली हेत कही बनाई तो किरू दे आपका मिट्टी का सुहा समझ आप रोलिया पैर रमना मैं नारे नूरे मारते तो मुड़ वेल आओ रोवन ही आता है हादसा आता है आदि लोगों की हालत से जेडे आप कमला बनाई दे जिन्हें आप मगर लगते कमले बन जाते हैं वो मैनू कई बंद आते भाई तुसी जी वो बादशाह ने जी आदि पार्टी बना ली जी आदि पार्टी बना ली सौखा जी आप फलानी किसी पीटीआई का टिकट लै लो आज नून का टिकट लै लो आ पीपल पार्टी फलानी फलानी रंग बिरंगी पार्टियां जड़िया है जिमें रंग बिरंगे कुल्ले होंगे नहीं रंग बिरंगी पार्टियां ही हैं जिन्होंने तुहाडा ते साडा पता ही कोई नहीं भी वो इलाका है कि दे तो कौन है कि दुनिया बनाई है वह आने भी रंग टिकट ला लो आप सौखे जीत जाइए और उन्होंने खिदमत में अर्ज करना भी की आते हैं भी मैं 10 साल अगे एम एन ए रहे हैं इस्लामाबाद ही अंदर जाते रहे हैं जे मैं ये गल करते पैने तो मैं लगता है गणे जने कौंसलर ही कदे नहीं बने या ना सिंह कदे नहीं बने तो की आते हैं भी मैनू सिंह लगे हो भई ये गल मैनू नहीं दिखे आती भी जे मैं फलानी पार्टी के नाल रल जावा फलानी के नाल रल जावा तो मेरा काम तो सौखा हो जा सी भी मैं मिनट लग सी तो घरे बैठा मैं कागज जमा करा सा मेरे चार वोट चार उनके नाल रले मैं तो टेंशन फ्री होते तो सबरी चपड़ गया इस्लामाबाद और कमले आओ मैनू अपन की काल नहीं है मैं तो बन ली है मैनू कोई शौक नहीं ना कोई MPA बनन दा ना कोई MLA बनन दा जे मैनू काल होवे तो मैं ही कुछ करा जे मैनू इस्लामाबाद जावन की काल होवे तो मैनू तुहाडे मामलात संवारन नाल है तुहाडे नहीं संवरदे उत्ता चेर जेता चेर इस इलाके का कोई आधा निजाम नहीं बनता कोई आधा सेटअप नहीं बनता कोई आधा कोई ग्रुप तश्कील नहीं होंदा और उस इलाके के हकूक नहीं मंगता उत्ता चेर तुहाडे नहीं संवरने मैनू आते संवारण वास्ते पर मैनू भी संवारण का कहता भी उत्थे संवारना किया दो किस्म के बंदे के आते संवरते हैं भैया कोई बंदा बेईमानी करू हो कोई वो लुटमार करू हो चोरी का पैसा खाऊ हो कोई किसी का हाथ खाऊ हो तो आंदा विकार करा मैं अपड़ जावा मैनू अल्लाह पाक आदे बुजुर्गों ने जुतियां ने सदके वो हलाल रिज़्क देवे ते हलाल रिज़्क ही खवावे तो मैनू पैदाइशी तौर पर मेरे सारिया खामियां अदना इंसान हाँ तो गुनहगार इंसान हाँ लेकिन मैनू अल्लाह ताला मेरे वालदैन की जुतियां ने सदके एक करप्शन का हराम पैसे का अल्लाह दुश्मन बनाया मैनू धोखा इस कोई विकार मैं अपड़ जावा कोई 90% लोग इस वास्ते उन्होंने चाहते होंगे जल्दी चाहते भी कि अपड़िए कोई 10% लोग जो होंगे दू एक जना 10% यह बनता है भाई उन्होंने ये होंगे भी गली चौधर तो ठोक ठाक तो मैं बन बैठा तो बंदे आते पैन तो काम आते पैन तो चलो मैं काम कार कोई लोगों से करता वा ना वो मैंने मैं थोड़े रंगे प्यार करने वाले लोग भी सर मैं घरों निकलना तो 200-400 जने पहले आए बैठे होंगे भावें मैं कहीं से होव तो भावें कहीं से ना होव
उन्होंने मैं सलाम पेश कर लेना, मेरे नाल प्यार का इजहार कर दे, उधर ठोक ठाक ही कहेंगे, मैनू तो कल कोई है ही कोई नहीं पहुंचने दी मैं।